ਨਮਸਕਾਰ ਜੀ, ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਤੇ ਸਵਾਗਤ ਹੈ ਜੀ। ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਅਤੇ ਜੋ ਮੈਂ ਅੱਜ ਦੀ ਵੀਡੀਓ ਲੈ ਕੇ ਆਈ ਹਾਂ, ਉਹ ਮੈਂ ਲੈ ਕੇ ਆਈ ਹਾਂ, ਮੈਂ ਪਰਪਲ ਤੋਂ, ਜਿਹੜਾ ਕਿ ਪਰਪਲ ਜਿਹੜੀ ਐਪ ਆ ਉੱਥੋਂ ਮੈਂ ਆਪਣਾ ਮੇਕਅਪ ਪ੍ਰੋਡਕਟ ਪਰਚੇਸ ਕੀਤੇ ਆ। ਅਤੇ ਇਹ ਮੌਨਸੂਨ ਸੇਲ ਚੱਲਦੀ ਹੈ, ਮੌਨਸੂਨ ਸੇਲ ਸੀ ਜਿਹੜੀ ਕਿ ਚੱਲ ਰਹੀ ਸੀ, ਅਤੇ ਉਹਦੇ 'ਚ ਕਾਫੀ ਪ੍ਰੋਡਕਟ ਡਿਸਕਾਊਂਟ 'ਤੇ ਸੀ, ਅਤੇ ਮੈਂ ਬਾਏ ਕੀਤੇ ਆ। ਅਤੇ 2-3 ਦਿਨ ਇਹਨਾਂ ਨੂੰ ਮੈਂ ਲੱਗੇ ਹੀ ਰੱਖਿਆ ਕਿ ਚਲੋ ਥੋੜ੍ਹੇ ਜਿਹੇ ਜਰਮਸ ਜਿਹੜੇ ਕਿ ਚਲੇ ਜਾਣ। ਅਤੇ ਹੁਣ ਫਿਰ ਮੈਂ ਇਹਨਾਂ ਨੂੰ ਅੱਜ ਤੋਂ ਜਿਹੜੀ ਵੀਡੀਓ ਬਣਾਉਣ ਲੱਗੀ ਹਾਂ, ਮੈਂ ਤੁਹਾਨੂੰ ਦਿਖਾ ਰਹੀ ਹਾਂ ਮੈਂ ਕੀ ਪਰ ਥਿੰਗ ਇਜ਼ ਦੈਟ ਜਿਹੜੇ ਕਿ ਇਨਸਾਈਡ ਦਾ ਮੈਂ ਖਰੀਦਿਆ ਆ, ਇੰਸਟੈਂਟ ਗਲੋ ਲਿਕਡ ਇਲੀਮੀਨੇਟਰ ਆ, ਕਿ ਜਿਹੜਾ ਕਿ ਮੇਕਅਪ ਜਦੋਂ ਵੀ ਅਸੀਂ ਫਾਊਂਡੇਸ਼ਨ ਦੇ ਵਿੱਚ ਜਾਂ ਮਿਕਸ ਕਰ ਲਓ ਜਾਂ ਬਾਅਦ ਵਿੱਚ ਲਗਾ ਲਓ, ਤਾਂ ਬਹੁਤ ਜ਼ਿਆਦਾ ਗਲੋ ਆ ਜਾਂਦਾ ਆ। ਐਮਏਦੀ ਦੀ ਪੈਕੇਜਿੰਗ ਹੈ, ਇਹ ਹੈਗਾ ਆ ਸ਼ੇਡ 02 ਆ ਫੇਅਰ, ਐਮਏਦੀ ਐਸੀ ਪੈਕਿੰਗ। ਅਤੇ ਦੇਖੋ ਇਹ ਕੀ ਹੈ, ਲਾਈਟ ਵੇਟ ਹੈ, ਨੋਨ ਗਰੀਸ ਹੈ, ਵਾਟਰ ਪਰੂਫ ਹੈ ਐਂਡ ਲੌਂਗ ਲਾਸਟਿੰਗ ਹੈ। 18 ml ਹੈ ਇਹ। ਤਾਂ ਜਿਹੜੀ ਮੈਂ ਦੂਸਰੀ ਸੈਕਿੰਡ ਥਿੰਗ ਜਿਹੜੀ ਲਈ ਆ, ਉਹ ਵੀ ਇਨਸਾਈਡ ਦਾ ਮੈਂ ਪ੍ਰਾਈਮਰ ਲਿਆ। ਮੇਰਾ ਪ੍ਰਾਈਮਰ ਪਹਿਲੇ ਵਾਲਾ ਖਤਮ ਹੋ ਚੱਲਾ ਸੀ, ਇਹ 3-in-1 ਆ, ਪ੍ਰਾਈਮਰ ਪ੍ਰੋਟੈਕਟ ਐਂਡ ਮੋਇਸਚਰਾਈਜ਼ ਕਰਦਾ। ਜਦੋਂ ਤੁਸੀਂ ਕੋਈ ਵੀ ਫਾਊਂਡੇਸ਼ਨ ਅਪਲਾਈ ਕਰਨਾ ਆ, ਇਹ ਜਿਹੜਾ ਕਿ ਤੁਹਾਡੇ ਮਤਲਬ ਜਿਹੜੇ ਪੋਰਸ ਨੇ ਸਾਰੇ ਕਵਰ ਕਰ ਦਿੰਦਾ ਹੈ, ਇਸ ਕਰਕੇ ਇਹ ਬਹੁਤ ਵਧੀਆ ਆ ਪ੍ਰਾਈਮਰ। ਇਹ ਵੀ ਮੈਂ ਪਰਚੇਜ਼, ਇਹ ਵੀ ਸੇਲ ਦੇ ਵਿੱਚ ਸੀਗਾ। ਐਵੇਂ ਦੀ ਪੈਕੇਜਿੰਗ ਹੈ ਇਹਦੀ, ਇਨਸਾਈਡ ਦੀ ਪ੍ਰਾਈਮਰ ਦੀ। ਅਤੇ ਜਿਹੜਾ ਹੋਰ ਮੈਂ SQ, ਇਹ ਮੈਂ ਬਲੱਸ਼ ਲਿਆ, ਮਿੰਨੀ ਹੈ ਇਹ ਬਲੱਸ਼। ਵੈਸੇ ਮੇਰੇ ਕੋਲ ਬਲੱਸ਼ਰ ਤਾਂ ਬਹੁਤ ਆ, ਪਰ ਮੈਨੂੰ ਵਧੀਆ ਲੱਗਾ ਛੋਟਾ ਜਿਹਾ ਮਿੰਨੀ ਆ, ਕਿ ਟਰੈਵਲ ਫਰੈਂਡਲੀ ਹੈ, ਕਿਤੇ ਵੀ ਲਿਜਾ ਸਕਦੇ ਆ। ਦੇਖੋ ਚੀਕੀ ਗਰਲਸ, ਆ ਦੇਖੋ ਕਲਰ। ਹੋਰ ਮੇਰਾ ਆਹ ਗਾਰਨੀਅਰ ਦਾ ਮਿਸੈਲੀਅਸ ਵਾਟਰ, ਜਿਹੜਾ ਕਿ ਮੇਕਅਪ ਰਿਮੂਵਰ ਹੋਇਆ, ਇਹ ਓਇਲ ਵਾਲਾ ਹੈ। ਜਦੋਂ ਕੋਈ ਓਇਲ ਆਪਣਾ ਓਇਲ ਵਾਲਾ ਮੇਕਅਪ ਕੀਤਾ ਹੋਵੇ, ਤਾਂ ਇਹ ਨਾ ਬਹੁਤ ਜਲਦੀ ਰਿਮੂਵ ਹੋ ਜਾਂਦਾ। ਇੱਕ ਪਿੰਕ ਵਾਲਾ, ਉਹਦੇ ਨਾਲ ਕੋਈ ਵੀ ਸਾਡਾ ਵਾਟਰ ਪਰੂਫ, ਦੂਸਰਾ ਇੰਨਾ ਨਹੀਂ ਰਿਮੂਵ ਹੁੰਦਾ, ਇਹਦੇ ਨਾਲ ਰਿਮੂਵ ਹੋ ਜਾਂਦਾ। ਅਤੇ ਇਹ ਵਾਲਾ ਮੈਂ ਇੱਕ ਪਰਚੇਜ਼ ਕੀਤਾ, ਥੋੜ੍ਹਾ ਜਿਹਾ ਪਿਆ ਸੀ, ਇੰਨਾ ਸੀ, ਮੈਂ ਹੋਰ ਬਾਏ ਕਰ ਲਈ ਵੀ ਬੋਟਲ। ਅਤੇ ਨੈਕਸਟ ਮੈਂ ਆਹ ਵਾਲੇ ਟੂਲਿਪਸ ਦੇ ਜਿਹੜੇ ਆ ਵਾਈਪਸ ਖਰੀਦੇ ਆ, ਆਪਣਾ ਇਹਦੇ ਨਾਲ ਮੇਕਅਪ ਰਿਮੂਵਰ। ਆਹ ਦੇਖੋ ਇਹ ਆ ਲੈ ਕੇ, ਅਤੇ ਥੋੜ੍ਹਾ ਜਿਹਾ ਪਾ ਕੇ, ਤਾਂ ਆਪਣਾ ਤੁਸੀਂ ਮੇਕਅਪ ਰਿਮੂਵ ਕਰ ਸਕਦੇ ਆ। ਲਿੰਟ ਫਰੀ ਪੈਡ ਆ, ਸਟਿਚ ਐਜਿਸ ਐਂਡ ਡਿਊ ਟੈਕਸਚਰ ਆ, ਇਹ 2 ਖਰੀਦੇ ਆ ਮੈਂ। ਤਾਂ ਮੈਂ ਇੱਕ ਹੋਰ, ਮੇਰਾ ਕੱਜਲ ਦਾ ਮੇਰੇ ਕੋਲ ਬਹੁਤ ਸੀ, ਵੈਸੇ ਮੈਨੂੰ ਫੇਸਿਸ ਕੈਨੇਡਾ ਦਾ ਵਧੀਆ ਲੱਗਿਆ, ਅਤੇ ਮੈਂ ਫੇਸਿਸ ਕੈਨੇਡਾ ਦਾ ਖਰੀਦਿਆ ਕੱਜਲ। ਇਹ ਕੀ ਆ, 24 hour ਸਟੇ ਆ, ਸਮਰਜ ਐਂਡ ਵਾਟਰ ਰਜਿਸਟੈਂਸ ਆ, ਡੀਪ ਬਲੈਕ ਫਿਨਿਸ਼ ਆ, ਫੇਡ ਪਰੂਫ ਐਂਡ ਵਿਟਾਮਿਨ ਈ ਇਨਰਿਚ ਆ। ਬਾਕੀ ਫਰੈਂਡਸ, ਮੈਂ ਜੋ ਜਿੰਨੇ ਦਾ ਪਰਚੇਜ਼ ਕੀਤਾ, ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇਹਦੇ ਦੱਸ ਦੇਵਾਂਗੀ ਪ੍ਰਾਈਜ਼ ਇਹਨਾਂ ਦਾ ਸਾਰਿਆਂ ਦਾ। ਅਤੇ ਮੈਂ, ਮੇਰਾ ਫਾਊਂਡੇਸ਼ਨ ਖਤਮ ਹੋ ਚੱਲਾ ਸੀ, ਤਾਂ ਮੈਂ ਹੁਣ ਮੇਬਲਿਨ ਦਾ ਫਿਟਮੀ 220 ਜਿਹੜਾ ਇਹਦਾ ਸ਼ੇਡ ਨੰਬਰ ਆ। ਇਹ ਕੀ, ਇਹਦੇ ਵਿੱਚ ਕੀ ਆ, ਮੈਟੇ ਪਲੱਸ ਪੋਰਲੈਸ ਆ ਐਂਡ ਨੋਰਮਲ ਟੂ ਓਇਲੀ ਸਕਿਨ ਵਾਸਤੇ ਯੂਜ਼ ਹੁੰਦਾ, ਅਤੇ SPF 20 ਇੰਚ ਹੈਗਾ 22। ਨੈਕਸਟ ਮੈਂ ਖਰੀਦਿਆ NY ਦਾ ਜੈਲ ਲਿਕੁਇਡ ਆਈਲਾਈਨਰ ਖਰੀਦਿਆ। ਜੈਲ ਆਈਲਾਈਨਰ ਮੇਰੇ ਕੋਲ ਪਹਿਲੇ ਹੀ ਸੀ, ਤਾਂ ਮੇਰੇ ਕੋਲ ਪੈਨਸਲ ਵਾਲਾ ਲਾਈਨਰ ਵੀ ਸੀ, ਬਟ ਮੇਰੇ ਕੋਲ ਲਿਕੁਇਡ ਹੈ ਨਹੀਂ ਸੀਗਾ, ਅਤੇ ਪਹਿਲਾਂ ਮੇਰੇ ਕੋਲ ਲੈਕਮੀ ਦਾ ਸੀ, ਉਹ ਮੇਰਾ ਟੁੱਟ ਗਿਆ, ਅਤੇ ਫੇਸ ਕਰਕੇ ਮੈਂ ਇਹ ਵੀ NY ਦਾ ਮੰਗਾਇਆ ਆ। ਐਵੇਂ ਦੀ ਇਹਦੀ ਪੈਕੇਜਿੰਗ ਆ। ਬਾਕੀ ਫਰੈਂਡਸ ਐਵੇਂ ਦਾ ਦੇਖੋ। ਬਾਕੀ ਫਰੈਂਡਸ, ਮੈਂ ਇਹ ਸਾਰੇ ਤੁਹਾਨੂੰ ਮਤਲਬ ਡੈਮੋ ਕਰਕੇ ਸਾਰਾ ਦਿਖਾਵਾਂਗੀ, ਇਹਦਾ ਮੈਂ ਪੂਰਾ ਮੇਕਅਪ ਕਰਕੇ ਦਿਖਾਵਾਂਗੀ ਟਿਊਟੋਰੀਅਲ, ਇਹਨਾਂ ਸਾਰੇ ਪ੍ਰੋਡਕਟ ਦੀ, NY ਦੀ, ਕੰਪੈਕਟ ਦੀ। ਅਤੇ ਆਹ ਦੇਖੋ, SPF 40 ਆ। ਜੀ,
ਇਹ ਸੀ ਮੈਂ ਜਿਹੜਾ ਸਾਰਾ ਮਤਲਬ ਸਮਾਨ ਪਰਚੇਸ ਕੀਤਾ, ਇਹ ਸੇਲ ਸੀ ਚੱਲਦੀ ਪਈ ਮੌਨਸੂਨ ਦੀ, ਅਤੇ ਜਿਹੜਾ ਮੈਨੂੰ ਉਹਨਾਂ ਨੇ ਨਾਲ ਇੰਨੇ ਮੇਰਾ 1800 ਕੋਈ 1850-1900 ਦਾ ਸਾਰਾ ਸਮਾਨ ਆਇਆ ਇਹ, ਅਤੇ ਉਹਨਾਂ ਨੇ ਮੈਨੂੰ ਨਾਲ ਗਿਫਟ ਦਿੱਤਾ ਆ ਇਹ ਗੁੱਡ ਵਾਈਬ ਦਾ ਹੈਂਡ ਸੈਨੇਟਾਈਜ਼ਰ ਆ, ਇਹ ਹੈਗਾ 500 ml, ਇੱਕ ਇਹ ਬੋਟਲ ਮੈਨੂੰ ਆਈ ਆ ਅਤੇ ਸਾਰੇ ਸਮਾਨ ਦੇ ਨਾਲ, ਅਤੇ ਦੂਸਰਾ ਇਹ ਵੀ ਗੁੱਡ ਵਾਈਬ ਦਾ ਹੀ ਹੈ ਹੈਂਡ ਸੈਨੇਟਰ, ਇਹ 300 ml ਦਾ ਆ। ਤਾਂ ਹੋਰ ਅਤੇ ਮੈਨੂੰ ਇਹਦੀ ਇਨਸਾਈਡ ਦੀ ਮੈਟ ਦੇ ਵਿੱਚ ਇਹ ਲਿਪਸਟਿਕ ਮੈਨੂੰ ਉਹਨਾਂ ਨੇ ਮਤਲਬ ਗਿਫਟ ਕੀਤੀ ਆ, ਇਹ ਤਿੰਨੇ ਸਮਾਨ ਮੈਨੂੰ ਆਏ। ਜਿਹੜਾ ਮੈਂ ਸ਼ੇਡ ਲਗਾਇਆ ਹੋਇਆ ਹੈ ਦੇਖੋ ਕਿੰਨਾ ਸੋਹਣਾ ਕਲਰ ਆ ਬਰਾਊਨ, ਇਹ ਹੈਗਾ ਸ਼ੇਡ ਨੰਬਰ 21, ਬਰਾਊਨ ਵੈਲਵੇਟ ਕਲਰ ਆ, ਬਹੁਤ ਸੋਹਣਾ ਹੈ ਵੀ। ਥੈਂਕ ਯੂ ਸੋ ਮੱਚ ਪਰਪਲ ਵਾਲਿਆਂ ਨੇ ਇੰਨਾ ਵਧੀਆ ਗਿਫਟ ਦਿੱਤਾ, ਅਤੇ ਬਾਕੀ ਆਈ ਹੋਪ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਵੇ, ਅਤੇ ਮੈਂ ਜਿਹੜੀ ਹੁਣ ਨੈਕਸਟ ਵੀਡੀਓ ਲੈ ਕੇ ਆਵਾਂਗੀ ਇਹ ਸਾਰੇ ਸਮਾਨ ਦੇ ਨਾਲ, ਆਪਣੇ ਮੇਕਅਪ ਪ੍ਰੋਡਕਟ ਦੇ ਨਾਲ ਮੇਕਅਪ ਟਿਊਟੋਰੀਅਲ ਲੈ ਕੇ ਆਵਾਂਗੀ, ਅਤੇ ਤੁਹਾਨੂੰ ਇਹਦਾ ਰਿਵਿਊ ਦੱਸਾਂਗੀ ਕਿ ਕਿਵੇਂ ਦਾ ਆ। ਚਲੋ ਜੀ, ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੀ, ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਮੈਂ ਕਿਹੋ ਜਿਹਾ ਅੱਗੇ ਮੈਂ ਵੀਡੀਓ ਹੋਰ ਲੈ ਕੇ ਆਵਾਂ ਤੁਹਾਡੇ ਲਈ। ਚਲੋ ਜੀ, ਸੋ ਟਿਲ ਦੈਨ ਟੇਕ ਕੇਅਰ, ਬਾਏ।